गलत आदमी को जवाब लेना चाह रहे हो, पार्टी के अध्यक्ष की अपनी मर्यादा है, मैनू कुछ पता भी होगा मैं ताँ भी नहीं दसूंगा। अज 35वीं विधानसभा है जिसे मेरा आना होया, अपनी पार्टी के कार्यकर्ता के नाल आने वाले चुनावों की रणनीति और तैयारियों की समीक्षा हो रही है, कोई गुंजाइश है उन्होंने होर ताकतवर करने की उदे ते विचार वढ़ांदरा करके पार्टी पूरी तरह नाल चुनाव लिए तैयार है। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਪੱਬਾ ਭਾਰ ਹੋ ਪਈ ਹੈ ਅਤੇ ਇਸ ਦੇ ਚਲਦਿਆਂ ਹੀ ਬਰਨਾਲਾ ਦੇ ਵਿੱਚ ਬੀਜੇਪੀ ਵਰਕਰਾਂ ਅਤੇ ਨੇਤਾਵਾਂ ਦੇ ਨਾਲ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਮੀਟਿੰਗ ਕਰਨ ਪਹੁੰਚੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ। ਹੁਣ ਤੱਕ 35 ਵਿਧਾਨ ਸਭਾ ਹਲਕਿਆਂ ਦੇ ਵਿੱਚ ਮੀਟਿੰਗ ਹੋ ਚੁੱਕੀ ਹੈ। ਬੂਥ ਪੱਧਰ ਤੇ ਪਾਰਟੀ ਮਜ਼ਬੂਤ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੀ ਪਾਰਟੀਆਂ ਦੇ ਨੇਤਾਵਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੇ ਮਸਲੇ ਤੇ ਉਹਨਾਂ ਕਿਹਾ ਕਿ ਜੋ ਨੇਤਾ ਬੀਜੇਪੀ ਦੀਆਂ ਨੀਤੀਆਂ ਦੇ ਨਾਲ ਸਹਿਮਤ ਹੈ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੀ ਹੈ। ਨਾਲ ਹੀ ਵਿਕਰਮ ਮਜੀਠੀਆ ਦੇ ਮੁੱਦੇ ਤੇ ਬੋਲਦੇ ਉਹਨਾਂ ਕਿਹਾ ਕਿ ਹਰ ਵਿਅਕਤੀ ਜੋ ਨਸ਼ੇ ਦਾ ਸਮਗਲਰ ਹੈ ਉਸਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੇਅਦਬੀ ਮੁੱਦੇ ਤੇ ਵੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੁਝ ਵਿਚਾਰ ਸਾਂਝੇ ਕੀਤੇ। ਆਓ ਜਾਣਦੇ ਹਾਂ ਕਿ ਕਹਿਣਾ ਹੈ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ। 2022 ਦੇ ਚੋਣਾਂ ਨੂੰ ਲੈ ਕੇ ਮੇਰਾ ਵਿਧਾਨ ਸਭਾ ਅਨੁਸਾਰ ਜਿਹੜਾ ਹੈ ਸ਼ੁਰੂ ਹੋ ਰਿਹਾ ਇਸ ਵੇਲੇ। ਅੱਜ 35ਵੀਂ ਵਿਧਾਨ ਸਭਾ ਹੈ ਜਿਹਦੇ 'ਚ ਮੇਰਾ ਆਉਣਾ ਹੋਇਆ ਔਰ ਕੱਲ੍ਹ ਮੈਂ ਮੁਕਤਸਰ ਔਰ ਅਬੋਹਰ ਫਾਜ਼ਿਲਕਾ ਜਲਾਲਾਬਾਦ ਵਾਲੀ ਸਾਈਡ 'ਤੇ ਆਪਣੀ ਪਾਰਟੀ ਦੇ ਕਾਰਕਰਤਾ ਦੇ ਨਾਲ ਆਉਣ ਵਾਲੇ ਚੁਣਾਵਾਂ ਦੀ ਰਣਨੀਤੀ ਔਰ ਤਿਆਰੀਆਂ ਦੀ ਸਮੀਕਸ਼ਾ ਹੋ ਰਹੀ ਹੈ ਔਰ ਸੰਗਠਨ ਦੇ ਅੰਦਰ ਅਗਰ ਕਿਤੇ ਕੋਈ ਗੁੰਜਾਇਸ਼ ਹੈ ਉਹਨੂੰ ਹੋਰ ਤਾਕਤਵਰ ਕਰਨ ਦੀ ਉਹਦੇ 'ਤੇ ਵਿਚਾਰ ਵਟਾਂਦਰਾ ਕਰਕੇ ਪਾਰਟੀ ਪੂਰੀ ਤਰ੍ਹਾਂ ਨਾਲ ਚੁਣਾਵ ਲਈ ਤਿਆਰ ਹੈ। ਐਸਾ ਉਹਦੀ ਸਮੀਕਸ਼ਾ ਜਿਹੜੀ ਹੈ ਉਹ ਮੈਂ ਹਰ ਜਗ੍ਹਾ ਕਰ ਰਿਹਾ। ਕਹਿੰਦਾ ਕਿ ਬੀਜੇਪੀ ਦੇ ਅੰਦਰ ਪਾਰਲੀਮੈਂਟ ਬੋਰਡ ਹੈ ਔਰ ਪਾਰਲੀਮੈਂਟ ਬੋਰਡ ਦੇ ਅੰਦਰ ਟਿਕਟਾਂ ਤੈਅ ਹੁੰਦੀਆਂ। ਜਿਹੜੇ ਲੋਕ ਬੀਜੇਪੀ ਦੇ ਨੀਤੀਆਂ 'ਚ ਦੇਸ਼ ਦੇ ਪ੍ਰਧਾਨ ਮੰਤਰੀ ਦੀ ਨੀਤੀਆਂ 'ਚ ਵਿਸ਼ਵਾਸ ਕਰਦੇ ਨੇ ਔਰ ਬੀਜੇਪੀ ਨੇ ਜਿਹੜਾ ਇਹ ਸਲੋਗਨ ਦਿੱਤਾ ਹੈ ਕਿ ਨਵਾਂ ਪੰਜਾਬ ਬਣਾਉਣਾ, ਨਸ਼ਾ ਮੁਕਤ ਪੰਜਾਬ ਬਣਾਉਣਾ, ਭਏ ਮੁਕਤ ਪੰਜਾਬ ਬਣਾਉਣਾ, ਰੋਜ਼ਗਾਰ ਸਿਰਜਣ ਕਰਨ ਵਾਲਾ ਪੰਜਾਬ ਬਣਾਉਣਾ, ਸੁਰੱਖਿਅਤ ਮਹਿਲਾਵਾਂ ਮਹਿਸੂਸ ਕਰਨ, ਜਿਹੜੇ ਜਿਹੜੇ ਸਾਡੇ ਇਸ ਨਵੇਂ ਪੰਜਾਬ ਦੇ ਸਲੋਗਨ ਦੇ ਨਾਲ ਸਹਿਮਤ ਹੈ ਐਸੇ ਸਭ ਲੋਕ ਜਿਹੜੇ ਹੈ ਉਹਨਾਂ ਦਾ ਸਵਾਗਤ ਵੀ ਹੈ ਔਰ ਉਹਦੇ ਉਹਨਾਂ ਦੇ ਆਉਣ ਨਾਲ ਸਾਡਾ ਉਹ ਪਾਰਟੀ ਨੂੰ ਵੀ ਤਾਕਤ ਮਿਲੇਗੀ ਔਰ ਸਾਡਾ ਜਿਹੜਾ ਪਾਰਟੀ ਹੈ ਹੋਰ ਮਜ਼ਬੂਤੀ ਨਾਲ ਅੱਗੇ ਵਧੇਗੀ। ਪਾਰਟੀ ਦੇ ਅਧਿਕਸ਼ ਕੋਲੋਂ ਮੈਨੂੰ ਲੱਗਦਾ ਐਸਾ ਸਵਾਲ ਨਹੀਂ ਪੁੱਛਣਾ ਚਾਹੀਦਾ। ਇਹ ਨੀਤੀਗਤ ਚੀਜ਼ਾਂ ਨੇ ਜਿਹੜੀਆਂ ਸਮੇਂ 'ਤੇ ਐਸਾ ਗਲਤ ਆਦਮੀ ਕੋਲੋਂ ਜਵਾਬ ਲੈਣਾ ਚਾਹ ਰਹੇ ਹੋ, ਪਾਰਟੀ ਦੇ ਅਧਿਕਸ਼ ਦੀ ਆਪਣੀਆਂ ਮਰਿਆਦਾ, ਮੈਨੂੰ ਕੁਛ ਪਤਾ ਵੀ ਹੋਏਗਾ ਮੈਂ ਤਾਂ ਵੀ ਨਹੀਂ ਦੱਸੂਗਾ, ਉਹ ਤਾਂ ਸਮੇਂ 'ਤੇ ਹੀ ਪਤਾ ਲੱਗੇਗਾ ਕੀ ਕਰ ਰਹੀ ਹੈ ਪਾਰਟੀ। ਇਸ ਤੱਕ ਸਵਾਲ ਹੈ ਡਰੱਗ ਮਾਮਲੇ ਦਾ, ਬੀਜੇਪੀ ਦੀ ਨੇ ਪੰਜਾਬ ਦੇ ਅੰਦਰ ਇਹ ਗੱਲ ਬੜੇ ਮੋਟੇ ਤੌਰ 'ਤੇ ਕਹੀ ਹੈ, ਸਾਫ਼ ਤੌਰ 'ਤੇ ਕਹੀ ਹੈ ਕਿ ਬੀਜੇਪੀ ਦੀ ਸਰਕਾਰ ਆਏਗੀ ਅਤੇ ਅਸੀਂ ਡਰੱਗ ਮਾਫੀਆ ਦਾ ਸਫਾਇਆ ਕਰਾਂਗੇ, ਪੰਜਾਬ ਨੂੰ ਡਰੱਗ ਤੋਂ ਮੁਕਤ ਕਰਾਂਗੇ। ਲੇਕਿਨ 4.5 ਸਾਲ ਬਾਅਦ ਇਹ ਜਿਹੜਾ ਪਰਚਾ ਹੋਇਆ, ਕਾਨੂੰਨ ਆਪਣਾ ਕੰਮ ਕਰੇਗਾ, ਦੇਸ਼ ਦੀ ਅਦਾਲਤ 'ਚ ਦੇਸ਼ ਦੇ ਕਾਨੂੰਨ 'ਚ ਸਾਡਾ ਵਿਸ਼ਵਾਸ ਹੈ ਔਰ ਡਰੱਗ ਦੇ ਅੰਦਰ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਚਾਹੇ ਉਹ ਕਿੱਡਾ ਮਰਜ਼ੀ ਵੱਡਾ ਹੋਏ ਛੋਟਾ ਹੋਏ ਉਹਦਾ ਸਵਾਲ ਨਹੀਂ ਹੈ। ਜਿਹੜੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਐਸੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾ ਸਕਦਾ। ਲੇਕਿਨ ਇਹਦੇ ਨਾਲ ਨਾਲ ਇਹ ਟਾਈਮਿੰਗ ਜਿਹੜੀ ਹੈ, 4.5 ਸਾਲ ਕਾਂਗਰਸ ਦੀ ਸਰਕਾਰ ਕੁੰਮ ਕਰਨੀ ਨੀਂਦ ਸੁੱਤੀ ਰਹੀ, ਅੱਜ ਰਾਜਨੀਤਿਕ ਕਾਰਨਾਂ ਦੇ ਕਾਰਨ ਪਰਚਾ ਨਹੀਂ ਹੋਣਾ ਚਾਹੀਦਾ। ਅਗਰ ਕੋਈ ਦੋਸ਼ੀ ਹੈ ਉਹਨੂੰ ਸਜ਼ਾ ਮਿਲੇ। ਅੱਜ ਪਹਿਲਾਂ ਤਾਂ ਇਹ ਮਾਮਲੇ ਦੁਰਭਾਗਯਪੂਰਨ ਹੈ, ਇਹਦੀ ਜਿੰਨੀ ਨਿੰਦਾ ਕੀਤੀ ਜਾਏ ਘੱਟ ਹੈ। ਇਹ ਪੰਜਾਬੀਆਂ ਦੀ, ਪੰਜਾਬ ਦੇ ਲੋਕਾਂ ਦੇ ਆਸਥਾ ਦਾ ਪ੍ਰਸ਼ਨ ਹੈ, ਸ਼ਰਧਾ ਦਾ ਪ੍ਰਸ਼ਨ ਹੈ। ਲੇਕਿਨ ਇੱਕ ਪ੍ਰਸ਼ਨ ਨਾਲ ਇਹ ਪੈਦਾ ਹੁੰਦਾ ਕਿ ਜਦੋਂ ਜਦੋਂ ਚੁਣਾਵ ਆਉਂਦਾ ਉਦੋਂ ਹੀ ਇਹ ਘਟਨਾਵਾਂ ਕਿਉਂ ਵੱਧਦੀਆਂ। ਇਹਦੇ ਲਈ ਸਰਕਾਰ ਨੂੰ ਵੱਡੇ ਪੱਧਰ 'ਤੇ ਜਾਂਚ ਕਰਨੀ ਚਾਹੀਦੀ ਹੈ ਕਿ ਕਿਤੇ ਇਹਦੇ ਪਿੱਛੇ ਰਾਜਨੀਤਿਕ ਫਸਲ ਕੱਟਣ ਦੇ ਲਈ ਤਾਂ ਨਹੀਂ ਕੁਝ ਪਾਰਟੀਆਂ ਸਾਜ਼ਿਸ਼ ਰਚ ਰਹੀਆਂ। ਕਿਉਂਕਿ ਤੁਸੀਂ ਦੇਖਦੇ ਹੋ ਕਿ ਜਦੋਂ ਜਦੋਂ ਵੀ ਚੁਣਾਵ ਆਉਂਦਾ ਇੱਦਾਂ ਦੇ ਇੰਸੀਡੈਂਟ ਵੱਧਦੇ ਨੇ। ਲੇਕਿਨ ਇਹ ਹੋਰ ਨਿੰਦਣੀ ਹੈ, ਇਹਦੀ ਪੁਖਤਾ ਜਾਂਚ ਹੋਣੀ ਚਾਹੀਦੀ ਹੈ ਔਰ ਜਿਹੜੇ
बेअदबी करते हैं उन्होंने सख्त तो सख्त सजा मिलनी चाहिए ऐसा पार्टी का मतलब तुझे दस्या पंजाब के अंदर की होया कि सरकार बदल दिया रही व्यवस्था नहीं बदली जिदे कारण राजनीतिक कभी कांग्रेस की सरकार आ गई कभी अकाली दल की सरकार आ गई मुद्दे जोड़े है उदा के उदा ही रहे भ्रष्टाचार अज तो 20 साल पहला भी मुद्दा सी अज भी मुद्दा ये नशाखोरी अज भी मुद्दा बेरोजगारी अज भी मुद्दा महिला की सुरक्षा अज भी मुद्दा बीजेपी ने यह नारा दिता है कि बीजेपी की सरकार आएगी साडा वचन है कि अभी पंजाब नूं नशा मुक्त करांगे भय मुक्त करांगे नौकरी का सिरजन करांगे ऐसा पंजाब बनावांगे जिदे अंदर भय का नहीं कानून का राज होए जिदे अंदर हर आदमी को न्याय मिले चाहे दुकानदार है चाहे खेत काम करने वाला चाहे मुलाजम है हर व्यक्ति नूं लगे मेरी सरकार है ऐसा संकल्प पत्र पार्टी जिहड़ी है लोगों सामने पेश करी। इत्थे दस दईए कि 2022 दीआं चोणां बेअदबी अते हुण बिक्रम मजीठिया दे मुद्दे ते लगातार सियासत भखदी जा रही है अते हर पारी दे आगुआं वल्लों इस मामले ते अपनी अपनी प्रतिक्रिया भी दित्ती जा रही है। D5 चैनल पंजाबी लई बरनाला तो परवीन ऋषि दी रिपोर्ट। D5 चैनल पंजाबी हुणे सबस्क्राइब करो बैल आइकन ते क्लिक करो। बाणी गुरु गुरु है बाणी विच बाणी अमृत सारे ज्ञानी साहब सिंह जी शाहबाद मारकंडा वाले नाल करो सिद्धी गलबात ते जाणो गुरबाणी दे अर्थ। रोजाना पाठ करन वाले ए प्रोग्राम जरूर देखण ते गुरु साहब दीआं असीसां दे पात्र बनन। देखणा ना भुलना साडा खास प्रोग्राम गुरबाणी ज्ञान ऐतवार सवेरे 7 तों 8 बजे तक D5 चैनल पंजाबी ते।